ਪਨੀ ਸਿੱਧੂ ਦੇ ਪਿੰਡ ਕੋਟ ਤੋਂ ਨੇ ਚੱਜ ਜੋ ਬਹੁਤ ਵੱਡਾ ਇਕੱਠ ਹੋਇਆ ਸੀ ਉਸ ਦਾ ਨਤੀਜਾ ਇਹ ਨਿਕਲਿਆ ਕਿ ਪਨੀ ਸਿੱਧੂ ਤੇ ਹੁਣ ਚੌਥਾ ਪਰਚਾ ਵੀ ਪੈ ਗਿਆ ਮੋਹਾਲੀ ਚ ਇੱਕ ਇਮੀਗ੍ਰੇਸ਼ਨ ਏਜੰਟ ਨੇ ਪਨੀ ਤੇ ਚੌਥਾ ਪਰਚਾ ਕਰਵਾਇਆ ਕੋਟਦੂਨਾ ਚ ਇਕੱਠ ਦੀ ਗੱਲ ਕਰੀਏ ਤਾਂ 10-10 ਕਿਲੋਮੀਟਰ ਲੰਬੀਆਂ ਲਾਈਨਾਂ ਲੱਗੀਆਂ ਸੀ ਰੋਡ ਜਮ ਹੋ ਗਈ ਸੀ ਸਾਰੇ ਲੋਕ ਪਨੀ ਸਿੱਧੂ ਦੀ ਸਪੋਰਟ ਕਰਨ ਪਹੁੰਚੇ ਸੀ ਪਰ ਸ਼ਾਇਦ ਇਸ ਵੱਡੇ ਇਕੱਠ ਦਾ ਵੀ ਕੋਈ ਖਾਸਾ ਫਾਇਦਾ ਨਹੀਂ ਹੋਇਆ ਕਿਉਂਕਿ ਅੱਜ ਇੱਕ ਹੋਰ ਪਰਚਾ ਪਨੀ ਸਿੱਧੂ ਤੇ ਹੋ ਗਿਆ ਚੌਥਾ ਪਰਚਾ ਹੋ ਗਿਆ ਪਰ ਅੱਜ ਕੋਟਦੂਨੇ ਚ ਕੀਤੇ ਗਏ ਇਕੱਠ ਤੋਂ ਇੱਕ ਗੱਲ ਸਾਬਤ ਹੋ ਜਾਂਦੀ ਹੈ ਕਿ ਲੋਕ ਪਨੀ ਸਿੱਧੂ ਨੂੰ ਕਿੰਨਾ ਪਿਆਰ ਕਰਦੇ ਨੇ ਲੋਕ ਪੱਲਿਓ ਕਿਰਾਇਆ ਖਰਚ ਕੇ ਪੱਲਿਓ ਸਾਧਨਾ ਚ ਤੇਲ ਪਾ ਕੇ ਅੱਜ ਪਨੀ ਸਿੱਧੂ ਦੇ ਪਿੰਡ ਕੋਟਦੂਨਾ ਦੀ ਮੰਡੀ ਚ ਪਹੁੰਚੇ ਸੀ ਜਿੱਥੇ ਬਹੁਤ ਵੱਡਾ ਇਕੱਠ ਹੋਇਆ ਸੀ ਪਨੀ ਲਈ ਹੋਏ ਇਸ ਵੱਡੇ ਇਕੱਠ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਲੋਕ ਕਹਿ ਰਹੇ ਨੇ ਕਿ ਅੱਜ ਜੇ ਪਨੀ ਸਿੱਧੂ ਨਾਲ ਧੱਕਾ ਹੋਇਆ ਤਾਂ ਇਸ ਚ ਪਨੀ ਸਿੱਧੂ ਦਾ ਨੁਕਸਾਨ ਨਹੀਂ ਕਿਉਂਕਿ ਪੰਜਾਬ ਦੇ ਲੋਕਾਂ ਚ ਪਨੀ ਸਿੱਧੂ ਦਾ ਕੱਦ ਹੋਰ ਉੱਚਾ ਹੋ ਗਿਆ ਤੇ ਆਉਣ ਵਾਲੇ ਟਾਈਮ ਚ ਜੇ ਉਹ ਇਲੈਕਸ਼ਨ ਵੀ ਲੜਦਾ ਤਾਂ ਲੋਕ ਉਸ ਦੀ ਭਾਰੀ ਸਪੋਰਟ ਕਰਨਗੇ ਕਿਉਂਕਿ ਦੋਸਤੋ ਲਗਾਤਾਰ ਹੋਏ ਨੇ 4 ਪਰਚੀਆਂ ਨੂੰ ਲੈ ਕੇ ਲੋਕਾਂ ਚ ਬੜਾ ਰੋਸ ਹੈ ਤੇ ਲੋਕ ਪੰਜਾਬ ਦੇ ਮੁੱਖ ਮੰਤਰੀ ਤੇ ਭੜ ਕੇ ਪਏ ਨੇ ਤੇ ਲੱਖਾ ਸਦਾਣਾ ਨੇ ਵੀ ਅੱਜ ਸਪੀਚ ਦੌਰਾਨ ਉਹ ਦੱਸਿਆ ਕਿ ਜਦੋਂ ਪਾਨੇ ਤੇ ਪਹਿਲਾ ਪਰਚਾ ਹੋਇਆ ਤਾਂ ਉੱਥੇ ਪਾਨੇ ਨੂੰ ਨੰਗਾ ਕਰਕੇ ਉਹਦੇ ਉੱਤੇ ਬਰਫ਼ ਵਾਲਾ ਪਾਣੀ ਪਾਇਆ ਗਿਆ ਤੇ ਪੂਰੀ ਰਾਤ ਪਾਨੇ ਨੂੰ ਠੰਡ ਚ ਰੱਖਿਆ ਬਾਕੀ ਜੇ ਤੁਸੀਂ ਵੀ ਪਨੀ ਸਿੱਧੂ ਦੀ ਸਪੋਰਟ ਕਰਦੇ ਹੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ।